ਦਰਿਆਵਾਂ ਅਤੇ ਨਹਿਰਾਂ ਦੇ ਉੱਤੇ ਨਹਾਉਂਦੇ ਸਮੇਂ ਹੋਣ ਵਾਲੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਨਵਾਂ ਨੰਗਲ ਦੇ ਬਾਬਾ ਉਦੋ ਮੰਦਰ ਦੇ ਕਰੀਬ ਸਤਲੁਜ ਦਰਿਆ ਦਾ ਹੈ, ਜਿੱਥੇ ਕਿ ਇੱਕ ਪਰਿਵਾਰ ਦੀ 1.5 ਸਾਲ ਦੀ ਬੱਚੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਈ। ਦਿਲ ਦਹਿਲਾਉਣ ਵਾਲੇ ਇਸ ਹਾਦਸੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਰਅਸਲ ਭਾਣਾ ਕੁਝ ਇਸ ਤਰ੍ਹਾਂ ਵਾਪਰਿਆ ਕਿ ਪਤੀ ਪਤਨੀ ਆਪਣੀ ਬੱਚੀਆਂ ਦੇ ਨਾਲ ਬੀਤੀ ਸ਼ਾਮ ਬਾਬਾ ਉਦੋ ਮੰਦਰ ਵਿਖੇ ਮੱਥਾ ਟੇਕਣ ਲਈ ਆਏ ਸਨ ਅਤੇ ਮੱਥਾ ਟੇਕਣ ਤੋਂ ਬਾਅਦ ਉਹ ਸਤਲੁਜ ਦਰਿਆ ਦੇ ਉੱਤੇ ਨਹਾਉਣ ਦੇ ਲਈ ਚਲੇ ਗਏ। 1.5 ਸਾਲ ਦੀ ਬੱਚੀ ਦੀ ਮਾਤਾ ਆਪਣੀ ਪੁੱਤਰੀ ਨੂੰ ਲੈ ਕੇ ਜਦੋਂ ਪਾਣੀ ਦੇ ਵਿੱਚ ਉਤਰੀ ਤਾਂ ਉਸਦਾ ਪੈਰ ਫਿਸਲਣ ਤੋਂ ਬਾਅਦ ਉਸਦੀ ਬੱਚੀ ਪਾਣੀ ਦੇ ਵਿੱਚ ਗਿਰ ਗਈ, ਜੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਈ। ਹਾਲਾਂਕਿ ਉਸ ਨੂੰ ਫੜਨ ਦੇ ਲਈ ਉਸਦੇ ਪਿਤਾ ਵੱਲੋਂ ਪਾਣੀ ਦੇ ਵਿੱਚ ਛਾਲ ਮਾਰੀ ਗਈ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਦੇ ਚੱਲਦਿਆਂ ਉਹ ਬੱਚੀ ਨੂੰ ਨਹੀਂ ਬਚਾ ਸਕਿਆ ਅਤੇ ਉਸਨੇ ਆਪਣੀ ਜਾਨ ਵੀ ਦਰਿਆ ਦੇ ਵਿੱਚ ਲੱਗੀਆਂ ਹੋਈਆਂ ਝਾੜੀਆਂ ਨੂੰ ਫੜ ਕੇ ਬਚਾਈ। ਇਸ ਘਟਨਾ ਦੀ ਜਾਣਕਾਰੀ ਤੁਰੰਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਨਵਾਂ ਨੰਗਲ ਚੌਕੀ ਦੇ ਵਿੱਚ ਦਿੱਤੀ ਗਈ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਬੱਚੀ ਦੀ ਮ੍ਰਿਤਕ ਦੇਹ ਦੀ ਭਾਲ ਕੀਤੀ ਜਾ ਰਹੀ ਹੈ। ਬੀਤੀ ਸ਼ਾਮ ਵੀ ਗੋਤਾਖੋਰਾਂ ਵੱਲੋਂ ਬੱਚੀ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਫਲਤਾ ਹਾਸਲ ਨਹੀਂ ਹੋਈ ਅਤੇ ਅੱਜ ਮੁੜ ਤੋਂ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਵੀ ਇਹੀ ਚਾਹੁੰਦਾ ਹੈ ਕਿ ਉਹਨਾਂ ਦੀ ਬੱਚੀ ਦੀ ਮ੍ਰਿਤਕ ਦੇਹ ਲੱਭ ਕੇ ਉਹਨਾਂ ਨੂੰ ਸੌਂਪ ਦਿੱਤੀ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਨਿਭਾ ਸਕਣ। ਇਸ ਦੁਖਦ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਦਰਿਆਵਾਂ ਅਤੇ ਨਹਿਰਾਂ ਦੇ ਉੱਤੇ ਨਾ ਨਹਾਇਆ ਜਾਵੇ, ਪਰ ਫਿਰ ਵੀ ਲੋਕ ਅਜਿਹਾ ਲਗਾਤਾਰ ਕਰ ਰਹੇ ਹਨ ਅਤੇ ਕਈ ਵਾਰ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ ਦਾ ਨੁਕਸਾਨ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇੱਕ ਵਾਰ ਫਿਰ ਤੋਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਨਾ ਖੇਡਿਆ ਜਾਵੇ, ਕਿਉਂਕਿ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ। ਜੇ ਇਹ ਚਲੀ ਗਈ ਤਾਂ ਦੁਬਾਰਾ ਕੁਝ ਵੀ ਪਿੱਛੇ ਨਹੀਂ ਰਹਿ ਜਾਵੇਗਾ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਕੀ ਨਾਮ ਤੁਹਾਡਾ? ਸੁਖਦੇਵ ਜੀ। ਸੁਖਦੇਵ ਜੀ, ਕੀ ਮਾਮਲਾ? ਮਾਮਲਾ ਸਰ ਉਹ ਹੀ ਹੈ, ਬੇਟੀ ਵਾਲਾ। ਛੋਟੀ ਬੇਟੀ 1.5 ਸਾਲ ਦੀ ਸੀ, ਦੋਨੋਂ ਜਾਣੇ ਇਕੱਠੇ ਬਾਬਾ ਉਦ ਦੇ ਮੰਦਰ ਮੱਥਾ ਟੇਕਣ ਗਏ ਸੀ। ਅਚਾਨਕ ਉਹਦਾ ਥੋੜ੍ਹਾ ਜਿਹਾ ਕੋਈ ਪ੍ਰੋਬਲਮ ਸੀ, ਉਹ ਕਹਿੰਦੇ ਇੱਥੇ ਨਹਾ ਕੇ ਥੋੜ੍ਹਾ ਕਹਿੰਦੇ ਕੋਈ ਬਿਮਾਰੀ ਦਾ ਹੱਲ ਵੀ ਹੋ ਜਾਂਦਾ ਹੈ, ਅਤੇ ਉੱਥੇ ਨਹਾਉਣ ਲੱਗੇ ਅਤੇ ਬੇਟੀ ਥੋੜ੍ਹੀ ਹੱਥ 'ਤੇ ਛੁੱਟੀ ਅਤੇ ਬੇਟੀ ਲੱਗੀ ਬਹਿਣ 'ਤੇ ਥੋੜ੍ਹਾ ਉਹਨੂੰ ਵੀ ਪਿੱਛੇ ਛਲਾਂਗ ਲਾਈ ਅਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ। ਫੜੀ ਵੀ ਉਹਨੇ, ਪਰ ਦੁਬਾਰਾ ਪਾਣੀ ਦਾ ਵਹਾਅ ਇਤਨਾ ਜ਼ਿਆਦਾ ਤਾ ਕਿ ਹੱਥ 'ਤੇ ਬੇਟੀ ਫਿਰ ਦੁਬਾਰਾ ਛੁੱਟ ਗਈ ਅਤੇ ਉਹ ਵੀ ਆਪਣੇ ਕਾਫੀ ਅੱਗੇ ਜਾ ਕੇ ਲੱਗੇ। ਉਹਨਾਂ ਨੇ ਵੀ ਆਪਣੀ ਜਾਨ ਬੜੇ ਜ਼ੋਰ ਨਾਲ ਬਚਾਈ। ਇਹ ਸਾਡਾ ਪਿੰਡ ਹੈ ਜੀ, ਪਲਸੇਡ, ਡਾਕਖਾਨਾ ਲਹਿੜੀ ਹੈ ਜੀ, ਅਤੇ ਤਹਿਸੀਲ ਸਾਡੀ ਸ਼੍ਰੀ ਨੈਣਾ ਦੇਵੀ ਅਤੇ ਜ਼ਿਲ੍ਹਾ ਸਾਡਾ ਹੈਗਾ ਜੀ ਬਿਲਾਸਪੁਰ। ਅਮਰੀਕ ਸਿੰਘ ਜੀ, ਐਕਚੁਅਲੀ 'ਚ ਇੱਦਾਂ ਹੋਇਆ ਸਰ ਵੀ ਜਿੱਦਾਂ ਮਤਲਬ ਨਹੀਂ ਉੱਥੇ ਉਹ ਜਿੱਦਾਂ ਗਏ ਤੇ ਨਾ ਜੀ ਮੱਥਾ ਟੇਕਣ ਗਏ ਤੇ ਬਾਬਾ ਉਦੋਂ ਮੰਦਰ ਦੇ ਜੀ, ਉੱਥੇ ਥੱਲੇ ਫਿਰ ਇਸ਼ਨਾਨ ਕਰਨ ਵਾਸਤੇ ਚਲ ਗਏ ਜੀ। ਫਿਰ ਉਹ ਬੇਟੀ ਜਿੱਦਾਂ ਮਤਲਬ ਨਲਾਏ ਦੇ ਜੀ ਕਰਦੇ ਨੇ ਜੀ, ਉਹ ਫਿਰ ਬੇਟੀ ਉਹਦੇ ਹੱਥ ਵਿੱਚ ਤੇ ਫਿਸਲ ਗਈ। ਉਹ ਫਿਰ ਜਿੱਦਾਂ ਉਹਨੇ ਕੋਸ਼ਿਸ਼ ਵੀ ਕਰੀ ਵੀ ਉਹਨੂੰ ਬਚਾਉਣ ਦੀ, ਪਰ ਉਹ ਫਿਰ ਉਹ ਫਿਸਲ ਗਈ, ਹੱਥ 'ਤੇ ਫਿਸਲ ਗਈ ਬੇਟੀ, ਫਿਰ ਮਿਲੀ ਨਹੀਂ। ਫਿਰ ਗੋਤਾਖੋਰ ਵੀ ਲਾਏ ਤੇ ਸਰ, ਉਹ ਵੀ ਤਲਾਸ਼ ਕਰਿਆ ਕਰਦੇ, ਪਰ ਹਜੇ ਸੁਰਾਗ ਕੋਈ ਮਿਲਿਆ ਨਹੀਂ, ਪਤਾ ਨਹੀਂ ਲੱਗਿਆ। ਇਹ ਸਰ ਘਰ ਹੀ ਹੈ, ਘਰ ਘਰ ਦਾ ਹੀ ਕੰਮ ਕਰਦੇ। ਹਾਂਜੀ,
ਮਦਰ ਵੀ ਘਰ ਘਰ ਦੇ ਬੱਚਿਆਂ ਦੀ ਦੇਖ ਰੇਖ ਕਰਦੀ ਹੈ। ਹਾਂਜੀ ਹਾਂਜੀ, ਮੇਰਾ ਨਾਮ ਸ਼ਾਦੀ ਰਾਮ। ਮੈਂ ਤਾਂ ਦਿੱਲੀ 'ਤੇ ਆ ਰਿਹਾ ਤਾ, ਮੈਨੂੰ ਤਾਂ ਇੱਥੇ ਹੀ ਆ ਕੇ ਪਤਾ ਲੱਗਿਆ ਕਿ ਉਹ ਮੇਰਾ ਬੇਟਾ ਔਰ ਬਹੂ ਦੋਨੋਂ ਇੱਥੇ ਨਹਾਉਣ ਗਏ ਉਹ ਦੋ ਮੰਦਰ। ਉੱਥੇ ਜਦ ਉਹ ਸੀੜੀਆਂ 'ਤੇ ਨਹਾਉਣ ਲੱਗੇ ਬੱਚੀ, ਉਹਦਾ ਬੱਚੀ ਹੱਥ 'ਤੇ ਗਿਰ ਗਈ ਉਹਦੇ 'ਚ। ਫਿਰ ਉਹਨੂੰ ਮੁੰਡੇ ਨੇ ਟਰਾਈ ਮਾਰੀ, ਇੱਕ ਵਾਰੀ ਫੜੀ ਵੀ ਕਹਿੰਦੇ, ਜੋ ਸਾਨੂੰ ਦੱਸਿਆ ਇਹਨਾਂ ਨੇ, ਕਿਉਂਕਿ ਮੈਂ ਔਨ ਸਪੋਰਟ ਤਾਂ ਥਾ ਨਹੀਂ ਦਾ ਕਿ ਇਹਨਾਂ ਨੇ ਪਕੜੀ। ਉਹ ਜਿਹੜੇ ਪਕੜਨ ਦੇ ਬਾਅਦ 'ਚ ਫਿਰ ਉਹ ਛੁੱਟ ਗਈ ਹੱਥ 'ਤੇ, 1.5 ਸਾਲ ਦੀ। ਉਹਦਾ ਨਾਮ ਅਨਿਆਇ, ਇਹ ਸਾਦੇ ਅਸੀਂ ਨੰਨੀਆਂ ਬੋਲਦੇ। ਹਾਂਜੀ, ਭਾਰਤ ਭੂਸ਼ਣ, ਨੀਲਮ ਕੁਮਾਰੀ ਰਾਣੀ ਸਾਦੇ। ਵੈਸੇ ਉਸ ਨਾਮ ਦੋਨੋਂ ਬੇਟੀਆਂ। ਹਾਂਜੀ ਹਾਂਜੀ, ਨਹੀਂ ਨਹੀਂ ਨਹੀਂ, ਬੜੀ 4 ਸਾਲ ਦੀ ਹੈ, ਉਹ ਵੀ ਨਾਲ ਗਈ ਵੀ ਦੀ ਨਾਲ, 1.5 ਸਾਲ ਦੀ। ਹਾਂਜੀ, ਪੁਲਿਸ ਕੋਲ ਤਾਂ ਅਸੀਂ ਇਹੀ ਰਿਕੁਐਸਟ ਕਰਦੇ ਕਿ ਅਗਰ ਸਾਨੂੰ ਡੈੱਡ ਬੋਡੀ ਜਾਂ ਕੁਛ ਮਿਲ ਜਾਏ ਤਾਂ ਕਮ ਸੇ ਕਮ ਥੋੜ੍ਹੀ ਮਨ ਨੂੰ ਤਸੱਲੀ ਹੋ ਜਾਣੀ ਕਿ। ਗੋਤਾਖੋਰ ਇਹ ਲਗਾਏ ਥੇ ਜੀ, ਕਮਲ ਦੀ ਟੀਮ, ਕਮਲ ਤਾਂ ਖੁਦ ਕੋਰਟ ਗਿਆ ਥਾ, ਮੈਂ ਗੱਲ ਕੀਤੀ ਉਹਦੇ ਨਾਲ। ਉਹਦੇ ਬਾਅਦ ਉਹਦੇ ਜਿਹੜੀ ਸਹਾਇਕ ਟੀਮ ਤੀ ਉਹ ਲੱਗੀ, ਉਹਨਾਂ ਨੇ ਕਾਫੀ ਟਰਾਈਪ ਕੀਤੀ, ਲੇਕਿਨ ਹਜੇ ਕੁਛ ਨਹੀਂ ਹੱਥ ਲੱਗਿਆ ਉਹਦੇ।